ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਬੜੇ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਾਧ ਸੰਗਤ 'ਚ ਬਹਿ ਕੇ ਬਾਣੀ ਦਾ ਰਸ ਮਾਣਨ ਦਾ ਮੌਕਾ ਮਿਲਦਾ। ਮੈਂ ਬੈਠਾ ਹੀ ਸੀ ਅਤੇ ਬਜ਼ੁਰਗ ਮਾਤਾ ਆਈ ਛੋਟੀ ਆਪਦੇ ਹੱਥ 'ਚ, ਮੈਂ 80-85 ਸਾਲਾਂ ਦੀ, ਸ਼ਾਇਦ 90 ਦੀ ਵੀ ਹੋਏ, ਆ ਕੇ ਆਪਣੇ ਸਿੰਘਾਂ ਨੂੰ ਮਾਇਆ ਦੇ ਕੇ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਜਾ ਕੇ ਅਤੇ ਫਿਰ ਮੱਥਾ ਟੇਕ ਕੇ ਅਤੇ ਉੱਥੇ ਬੈਠੇ ਆ ਅਤੇ ਬਹਿਣ ਲੱਗਿਆ ਵੀ ਸੋਟੀ ਰੱਖ ਕੇ ਅਤੇ ਪਹਿਲਾਂ ਸਾਰੀਆਂ ਬੀਬੀਆਂ ਨੂੰ ਫਤਿਹ ਬੁਲਾਈ ਹੈ ਗੁਰੂ ਰੂਪ ਸਾਧ ਸੰਗਤ। ਇਹੋ ਜਿਹੀਆਂ ਮਾਤਾਵਾਂ 'ਤੇ ਸਿੱਖ ਕੌਮ ਨੂੰ ਮਾਣ ਆ। ਜਿਹੜੇ ਇਹਨਾਂ ਦੇ ਬੱਚੇ ਹੋਣਗੇ ਉਹਨਾਂ 'ਚ ਸਿੱਖੀ ਸਪਿਰਿਟ ਆਪੇ ਹੀ ਆ ਜਾਂਦੀ ਹੈ। ਜਦੋਂ ਦਾਦੀ ਵੱਲ ਵੇਖਦੇ ਆ ਵੀ ਸਾਡੀ ਦਾਦੀ ਇਹੋ ਜਿਹੀ ਆ ਅਤੇ ਬੱਚਿਆਂ 'ਤੇ ਉਹਦਾ ਅਸਰ ਹੋਣਾ ਹੀ ਆਉਣਾ। ਇਸ ਕਰਕੇ ਗੁਰੂ ਰੂਪ ਸਾਧ ਸੰਗਤ, ਕੱਲ੍ਹ ਵੀ ਮੈਂ ਕਿਹਾ ਸੀ, ਮੈਂ ਬਾਈ ਟ੍ਰੇਨਿੰਗ ਜਨੈਟਿਸਿਸਟ ਹਾਂ ਅਤੇ ਮੈਨੂੰ ਇਹ ਸਾਰੀ ਜਿਹੜੀ ਸਾਇੰਟਿਫਿਕ ਬੈਕਗਰਾਊਂਡ ਆ ਬੱਚੇ ਦੀ ਪਰਵਰਿਸ਼ ਅਤੇ ਸਾਰਾ ਇਹ ਪੜ੍ਹਨੀ ਪੈਂਦੀ ਪੜ੍ਹਾਈ ਵੇਲੇ। ਜਿੰਨਾ ਅਸਰ ਮਾਂ ਦਾ ਬੱਚੇ 'ਤੇ ਆ ਪਿਓ ਦਾ ਨਹੀਂ ਹੁੰਦਾ। ਜਨੈਟਿਕਲੀ ਵੀ ਮਾਂ ਦਾ ਅਸਰ ਪਿਓ ਨੂੰ ਜ਼ਿਆਦਾ ਹੁੰਦਾ। ਇਸ ਕਰਕੇ ਜਿਹੜੇ ਬੱਚੇ ਦਾ ਬਿਹੇਵੀਅਰ, ਬੱਚੇ ਦੀ ਜਨੈਟਿਕਸ, ਬੱਚੇ ਦਾ ਜਿਹੜਾ ਕੰਡਕਟ ਆ ਉਹ ਮਾਂ ਕੰਟਰੋਲ ਜ਼ਿਆਦਾ ਕਰਦੀ ਪਿਓ ਨਾਲ। ਇਸ ਕਰਕੇ ਮੇਰੀ ਬੇਨਤੀ ਹੈ ਸਾਰੀਆਂ ਬੀਬੀਆਂ ਨੂੰ, ਤੁਹਾਡਾ ਇੰਪੈਕਟ ਬਹੁਤ ਜ਼ਿਆਦਾ ਬੱਚਿਆਂ ਨੂੰ ਚੰਗੇ ਸਿੱਖ ਬਣਾਉਣ 'ਤੇ, ਬੱਚੀਆਂ ਆਪਣੀਆਂ ਨੂੰ ਚੰਗੇ ਸਿੱਖ ਬਣਾਉਣ, ਸਿੰਘਣੀਆਂ ਬਣਾਉਣ 'ਤੇ, ਔਰ ਇਹ ਜਿਹੜੀ ਜ਼ਿੰਮੇਵਾਰੀ ਆ ਇਹ ਤੁਸੀਂ ਨਿਭਾਉਂਦੇ, ਬੜੀ ਵਧੀਆ ਨਿਭਾਉਂਦੀਆਂ ਜੇ, ਔਰ ਇਹਦੇ ਵੀ ਜ਼ਿਆਦਾ ਚੰਗੀ ਨਿਭਾਓ। ਬਾਹਰਲੇ ਮੁਲਕਾਂ 'ਚ ਆ ਕੇ ਸਾਡੇ ਬੱਚੇ, ਸਾਡੇ ਸਿੰਘ ਇਸ ਤਰ੍ਹਾਂ ਦਸਤਾਰਾਂ ਸਜਾ ਕੇ, ਬੀਬੀਆਂ ਦੁਪੱਟੇ ਸਜਾ ਕੇ ਬੈਠੀਆਂ, ਇਹ ਖੁਸ਼ੀ ਦੀ ਗੱਲ ਆ। ਇਹ ਬਾਬੇ ਨਾਨਕ ਦਾ ਸਿੱਖੀ ਦਾ ਬੂਟਾ ਲਾਇਆ, ਗੁਰੂ ਗੋਬਿੰਦ ਸਾਹਿਬ ਮਹਾਰਾਜ ਦੀ ਇਹ ਸਾਡੇ 'ਤੇ ਬਖਸ਼ਿਸ਼ ਆ, ਕਿੰਨੇ ਵਾਰ ਸਾਨੂੰ ਦੇ ਗਏ, ਇਹਨੂੰ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਰਾਜ ਬਖਸ਼ ਕੇ ਸਾਨੂੰ ਪਾਤਸ਼ਾਹੀਆਂ ਬਖਸ਼ ਕੇ ਆ। ਗੁਰੂ ਨੇ ਕੋਈ ਚੀਜ਼ ਪਿੱਛੇ ਨਹੀਂ ਰੱਖੀ ਸਿੰਘਾਂ ਤੋਂ, ਔਰ ਸਿੰਘਾਂ ਨੇ ਵੀ ਪੂਰਾ ਗੁਰੂ ਦੇ ਸਿੰਘ ਬਣ ਕੇ ਆਪਣਾ ਰਾਜ ਵੀ ਕੀਤਾ, ਕਸ਼ਟ ਵੀ ਬਥੇਰੇ ਝੱਲੇ ਆ। ਸਿੱਖ ਕੌਮ ਬਹਾਦਰਾਂ ਦੀ ਕੌਮ ਆ, ਔਰ ਸਿੱਖ ਕੌਮ ਸ਼ਹੀਦਾਂ ਦੀ ਕੌਮ ਆ। ਜਿੰਨੇ ਸ਼ਹੀਦ ਸਾਡੀ ਕੌਮ 'ਚ ਆ, ਕਿਸੇ ਕੌਮ 'ਚ ਇੰਨੇ ਸ਼ਹੀਦ ਨਹੀਂ ਗਏ, ਔਰ ਇਹ ਸਾਡੀਆਂ ਸ਼ਹਾਦਤਾਂ ਬੰਦ ਨਹੀਂ ਹੋਈਆਂ, ਕਿਉਂਕਿ ਜਿਹੜਾ ਸੰਤ ਸਿਪਾਹੀ ਆ ਉਹਨੇ ਫਿਰ ਆਪਣਾ ਜਿਹੜਾ ਸੱਚ ਦੀ ਲੜਾਈ ਲੜਨੀ ਆ, ਅਤੇ ਸਿਪਾਹੀ ਜਦੋਂ ਲੜਦਾ ਫਿਰ ਸ਼ਹੀਦੀਆਂ ਵੀ ਪਾਉਣੀਆਂ ਪੈਂਦੀਆਂ। ਗੁਰੂ ਰੂਪ ਸਾਹਿਬ ਸੰਗਤ, ਇਹ ਜਿਹੜਾ ਸਾਡੇ 'ਚ ਗੁਰੂ ਸਾਹਿਬ ਦੀ ਸਪਿਰਿਟ ਆ, ਗੁਰੂ ਅੱਗੇ ਗੁਰੂ ਦੇ ਚਰਨਾਂ 'ਚ ਇਹ ਬੇਨਤੀ ਆ ਕਿ ਗੁਰੂ ਮਹਾਰਾਜ ਸਾਧ ਸੰਗਤ ਨੂੰ ਔਰ ਸਾਨੂੰ ਸਾਰਿਆਂ ਨੂੰ ਇਹ ਸਪਿਰਿਟ ਦੀ ਹੋਰ ਬਖਸ਼ਿਸ਼ ਕਰਨ, ਤਾਂ ਕਿ ਅਸੀਂ ਸਾਰੇ ਚੜ੍ਹਦੀ ਕਲਾ 'ਚ ਰਹੀਏ, ਔਰ ਜਿਹੜਾ ਆਪਣਾ ਸਿੱਖ ਕੌਮ ਦਾ ਇਸ ਵੇਲੇ ਜੋ ਕੁਛ ਉੱਥੇ ਗੁਲਾਮੀ ਆ ਉਹਨੂੰ ਆਪਾਂ ਇਕੱਠੇ ਹੋ ਕੇ ਸਾਰੇ ਦੂਰ ਕਰ ਸਕੀਏ। ਹਿਸਟਰੀ ਰਿਪੀਟ ਕਰਦੀ ਆ, ਸਾਹਿਬ ਬਲਵੰਤ ਸਿੰਘ ਰਾਜੋਆਣਾ ਅਜੇ ਵਿਚਾਰਾ ਜੇਲ੍ਹ 'ਚ ਬੈਠਾ ਸ਼ੇਰ, ਅਤੇ ਉਹਨੂੰ ਫਾਂਸੀ ਦੀ ਸਜ਼ਾ ਆ, ਉਹਨੂੰ ਉਹਦੇ ਅਪੀਲ ਕਰਾਂ ਤਾਂ ਮੈਂ ਨਹੀਂ ਅਪੀਲ ਕਰਨੀ, ਮੈਂ ਇਹਨਾਂ ਦੀ ਕੰਸਟੀਟਿਊਸ਼ਨ ਰਿਕੋਗਨਾਈਜ਼ ਨਹੀਂ ਕਰਦਾ। ਅਲਟੀਮੇਟਲੀ ਪੰਜਾਬ ਸਾਰਾ ਉੱਠ ਖਲੋਤਾ, ਪੰਜਾਬ ਬੰਨ ਹੋਇਆ, ਸਾਰੇ ਪੰਜਾਬ ਦੇ ਘਰਾਂ 'ਚ ਕੇਸ ਦੀ ਨਿਸ਼ਾਨ ਸਾਹਿਬ ਝੁਲ ਗਏ, ਪੰਜਾਬ ਦੀ ਸਰਕਾਰ ਨੂੰ, ਹਿੰਦੁਸਤਾਨ ਦੀ ਸਰਕਾਰ ਨੂੰ ਕੰਨ ਖੜ੍ਹੇ ਹੋਏ ਉਹਦੇ ਵੀ ਇਹ ਕੰਮ ਹੋ ਗਿਆ ਅਤੇ ਮੁੜ ਕੇ ਦੁਬਾਰਾ 84 ਫੇਰ ਸ਼ੁਰੂ ਹੋ ਜਾਊਗੀ। ਬਾਦਲ 'ਤੇ ਤਾਂ ਮੁੰਡਾ ਦਿੱਲੀ ਭੱਜੇ ਗਏ ਪਹਿਲਾਂ, ਉਦੋਂ ਵੇਖ ਕੇ ਸਾਰਾ ਵੀ ਇਹ ਕੰਮ ਜੇ ਇਹਨੂੰ ਫਾਂਸੀ ਦਿੱਤੀ ਅਤੇ ਇਹ 84 ਮੁੜ ਕੇ ਆ ਜੂ। ਉਹਨਾਂ ਇਹਨਾਂ ਦੇ ਜਾਣੋਂ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਵੀ ਇਹਨੂੰ ਫਾਂਸੀ ਨਹੀਂ ਦੇਣਾ, ਲੇਕਿਨ ਕਮ ਸੇ ਕਮ ਇਹਨਾਂ ਨੂੰ ਵੀ ਆਪਣੀ ਕੁਰਸੀ ਬਚਾਉਣ ਲਈ ਭੱਜਣਾ ਪਿਆ ਉੱਥੇ। ਗੁਰੂ ਰੂਪ ਸਾਧ ਸੰਗਤ, ਸਾਡੀ ਕੌਮ 'ਚ ਇਹੋ ਜਿਹੇ ਬਹਾਦਰ, ਇਹੋ ਜਿਹੇ ਯੋਧੇ
ਇਹ ਹਮੇਸ਼ਾ ਹੀ ਰਹੇ ਆ ਔਰ ਇਹ ਆਉਂਦੇ ਵੀ ਰਹਿਣਗੇ ਅਤੇ ਹੁਣ ਵੀ ਹੈਗੇ ਆ। ਇਸ ਕਰਕੇ ਸਿੱਖ ਕੌਮ ਦਾ ਹਮੇਸ਼ਾ ਹੀ ਸਿਰ ਉਚਾਰਿਆ ਔਰ ਸਿੱਖ ਕੌਮ ਦਾ ਸਿਰ ਉੱਚਾ ਵੀ ਰੋਗ। ਗੁਰੂ ਰੂਪ ਸਾਹਿਬ ਸੰਗਤ, ਆਪਾਂ ਜਦੋਂ ਇਹਨਾਂ ਮੁਲਕਾਂ 'ਚ ਬੈਠੇ ਹਾਂ, ਇਹ ਸਾਡੇ ਲਈ ਬੜਾ ਜ਼ਰੂਰੀ ਆ ਕਿ ਜਿਹੜੇ ਸਾਡੇ ਫਿਊਚਰ ਬੱਚੇ ਆ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨਾ, ਇਹ ਸਾਡਾ ਫਰਜ਼ ਹੈ। ਸਿੱਖ ਦਾ ਸਿਰ ਸਿਰਫ ਇੱਕ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਣਾ ਚਾਹੀਦਾ, ਕਿਸੇ ਹੋਰ ਅੱਗੇ ਸਾਧ ਸੰਤ ਅੱਗੇ ਕਿਸੇ ਹੋਰ ਅੱਗੇ ਸਿਰ ਦਾ ਸਿੱਖ ਝੁਕਣਾ ਨਹੀਂ ਚਾਹੀਦਾ। ਮੱਥਾ ਇੱਕ ਟੇਕਣਾ ਸਿੰਘ ਨੇ ਅਤੇ ਗੁਰੂ ਗ੍ਰੰਥ ਸਾਹਿਬ ਨੇ, ਹੋਰ ਕਿਸੇ ਅੱਗੇ ਮੱਥਾ ਨਹੀਂ ਟੇਕਣਾ ਸਿੱਖ। ਪਰ ਇਹ ਗੁਰੂ ਗ੍ਰੰਥ ਸਾਹਿਬ ਨੂੰ ਬੁਰਿਆਈ, ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਮੱਥਾ ਟੇਕ ਕੇ ਸਾਨੂੰ ਹੁਕਮ ਦੇ ਗਏ ਹੈ ਵੀ ਅੱਜ ਤੋਂ ਬਾਅਦ ਗੁਰੂ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੈ। ਇਹ ਸਾਡਾ ਯੁਗ ਯੁਗ ਟਲ ਗੁਰੂ ਆ ਅਤੇ ਗੁਰੂ ਰੂਪ ਸਾਹਿਬ ਸੰਗਤ ਆ ਜਿਹੜੇ ਸਾਧ ਸੰਤ ਡੇਰੇ ਆ, ਕਦੀ ਕਿਸੇ ਨੂੰ ਮੂੰਹ ਨਾ ਲਾਇਆ ਕਰੋ ਔਰ ਜੋ ਮੰਗਣਾ ਗੁਰੂ ਤੋਂ ਮੰਗੋ। ਇਹ ਨਸ਼ਾ ਤਾਂ ਤੁਹਾਨੂੰ ਕੀ ਦੇ ਦੇਣਾ, ਜੇ ਆ ਪਾਸੇ ਜੋਗੇ ਹੁਣ ਤਾਂ ਤੁਹਾਡੇ ਪਿੱਛੇ ਤੁਰੇ ਫਿਰ। ਇਸ ਕਰਕੇ ਬੜਾ ਜ਼ਰੂਰੀ ਕਿ ਸਾਡੇ ਜਿਹੜੀ ਫਿਊਚਰ ਬੱਚੇ ਆ ਇਹਨਾਂ ਜਿਹਨਾਂ ਨੂੰ ਜਿਹੜੀ ਸਾਡੀ ਸਿੱਖੀ ਸਪਿਰਿਟ ਆ ਉਹ ਇਹਨਾਂ ਨੂੰ ਦੱਸਣਾ, ਸਿੱਖ ਧਰਮ ਬਾਰੇ ਦੱਸਣਾ, ਇਸ ਪਾਸੇ ਲਾਉਣਾ, ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਗੁਰੂ ਰੂਪ ਸਾਹਿਬ ਸੰਗਤ, ਰਾਜ ਬਿਨਾਂ ਨਾ ਧਰਮ ਚੱਲੇ, ਧਰਮ ਬਿਨਾਂ ਸਭ ਦਲੇ ਮਲੇ। ਜੇ ਤੁਸੀਂ ਆਪਣੇ ਰਾਜ ਦੀਆਂ ਫੋਟੋ ਵੇਖੋ ਉਦੋਂ ਆ ਜਿਹੜਾ ਇਹਨਾਂ ਦਾ ਅੰਗਰੇਜ਼ਾਂ ਦਾ ਕਨਿੰਗਮ ਸੀ, ਜਿਹਨੇ ਆਪਣੀ ਹਿਸਟਰੀ ਦੀਆਂ ਵੀ 3-4 ਵਾਲੀਅਮ ਕਨੀ ਕਿ 7 ਵਾਲੀਅਮ ਲਿਖੀਆਂ, ਉਹਨੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਸੀ, ਉਹਨੇ ਪੱਗ ਬੱਧੀ ਹੁੰਦੀ ਸੀ, ਉਹਨੇ ਦਾੜੀ ਚੜ੍ਹਾਈ ਸੀ ਧਾਗਾ ਪਾ ਕੇ। ਗੋਰਾ ਵੀ ਜਿਹੜਾ ਉੱਥੇ ਸੀ ਉਹ ਵੀ ਸਿੱਖੀ ਸਰੂਪ ਸੀ, ਭਾਵੇਂ ਉਹ ਹੈ ਕ੍ਰਿਸਚਨ ਹੀ ਸੀ, ਲੇਕਿਨ ਪੱਗ ਬੰਨਦਾ ਸੀ ਪੂਰੀ ਪਟਿਆਲੇ ਸ਼ਾਹੀ ਵਧੀਆ, ਅਤੇ ਦਾੜੀ ਵੀ ਉਹਨੇ ਧਾਗਾ ਪਾ ਕੇ, ਗੋਰਿਆਂ ਦੀ ਦਾੜੀ ਥੋੜ੍ਹੀ ਹੁੰਦੀ ਹੈ, ਲੇਕਿਨ ਉਹਦੇ ਦਾੜੀ ਬੱਧੀ ਮੈਂ ਉਹਦੀ ਫੋਟੋ ਵੇਖੀ ਸੀ। ਇਹ ਰਾਜ ਦੀਆਂ ਬਰਕਤਾਂ, ਮੁਸਲਮਾਨ ਜਿਹੜੇ ਸਾਰੇ ਉਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਾਰਿਆਂ ਦੀਆਂ ਦਾੜੇ ਹੁੰਦੇ ਸੀ, ਮੁਸਲਮਾਨ ਤਾਂ ਖੈਰ ਵੈਸੇ ਵੀ ਦਾੜੀ ਰੱਖ ਲੈਂਦੇ ਆ, ਲੇਕਿਨ ਉਦੋਂ ਸਾਰਿਆਂ ਦੇ ਦਾੜੇ ਹੁੰਦੇ ਸੀ। ਅਤੇ ਗੁਰੂ ਰੂਪ ਸਾਹਿਬ ਸੰਗਤ, ਇਹ ਜਿਹੜਾ ਸਾਨੂੰ ਸਿੱਖ ਨੇ ਗੁਰੂ ਸਾਹਿਬ ਨੇ ਭਰਾਵਾ ਦਿੱਤਾ ਆ, ਇਹ ਸਾਡੇ ਜਿਹੜੇ ਪੰਜ ਕਕਾਰ ਨੇ, ਇਹ ਸਿੰਬਲ ਆ ਸਾਡੀ ਸਿੱਖੀ ਦਾ ਔਰ ਸਿੱਖ ਕੋਲ ਇਹ ਹੋਣੇ ਵੀ ਚਾਹੀਦੇ ਆ ਔਰ ਇਹੋ ਹੀ ਸਾਡੀ ਸਿੱਖੀ ਦੀ ਆਈਡੈਂਟੀਫਿਕੇਸ਼ਨ ਆ ਕਿ ਇਹ ਸਿੱਖ ਜਾਂਦਾ ਜੀ, ਭਾਵੇਂ ਤੁਸੀਂ ਲੱਖਾਂ 'ਚ ਹੋ ਤੁਹਾਡਾ ਦੂਰੋਂ ਹੀ ਪਤਾ ਲੱਗ ਜਾਂਦਾ ਕਿ ਸਿੱਖ ਆ ਰਿਹਾ। ਇਸ ਕਰਕੇ ਇਹਨਾਂ ਕਕਾਰਾਂ ਦੀ ਸੰਭਾਲ ਔਰ ਇਹਨਾਂ ਨੂੰ ਕਾਇਮ ਰੱਖਣਾ ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਬਾਕੀ ਗੁਰੂ ਰੂਪ ਸਾਹਿਬ ਸੰਗਤ, ਆਪਾਂ ਬਾਹਰਲੇ ਮੁਲਕਾਂ 'ਚ ਆਏ ਹਾਂ, ਇੱਥੇ ਸਾਨੂੰ ਪ੍ਰੇਮ ਰੱਖਣਾ ਇੱਕ ਦੂਸਰੇ ਨਾਲ ਬੜਾ ਜ਼ਰੂਰੀ, ਲੜਾਈ ਝਗੜਿਆਂ 'ਚ ਨੁਕਸਾਨ ਬੜਾ ਹੁੰਦਾ, ਇਹਨਾਂ ਤੋਂ ਬਿਲਕੁਲ ਸੰਕੋਚ ਕਰਿਆ ਕਰੋ। ਔਰ ਜਿਹੜੀ ਇਹ ਸਪੈਸ਼ਲੀ ਫਿਊਚਰ ਦੀ ਜਿਹੜੀ ਸਾਡੀ ਪ੍ਰੋਗਰੈਸ ਹੋਣੀ ਆ ਉਹਦੀ ਜਿਹੜੀ ਮੇਨ ਉਹਦੇ 'ਚ ਇਨਗਰੀਡੀਅੰਟ ਆ ਉਹ ਆ ਪੜ੍ਹਾਈ। ਸਾਡਾ ਕੋਈ ਸਿੱਖ ਮੁੰਡਾ ਕੁੜੀ ਯੂਨੀਵਰਸਿਟੀ ਡਿਗਰੀ ਤੋਂ ਘੱਟ ਨਹੀਂ ਹੋਣਾ ਚਾਹੀਦਾ, ਇਹ ਪ੍ਰੋਫੈਸ਼ਨਲ ਹੋਣ, PhD ਹੋਣੀ ਚਾਹੀਦੀ ਆ, ਡਾਕਟਰ ਹੋਣੇ ਚਾਹੀਦੇ ਆ, ਇੰਜੀਨੀਅਰ ਹੋਣੇ ਚਾਹੀਦੇ ਆ, ਫਿਲਾਸਫਰ ਹੋਣੇ ਚਾਹੀਦੇ, ਜੋ ਵੀ ਇਹਨਾਂ ਕਰਨਾ। ਆਉਣ ਵਾਲੇ ਸਮੇਂ 'ਚ ਸਿਰਫ BSc ਨਾਲ ਗੱਲ ਨਹੀਂ ਪੜ੍ਹਨੀ, RBA ਨਾਲ ਗੱਲ ਨਹੀਂ ਪੜ੍ਹਨੀ, ਸਾਡੇ ਬੱਚੇ ਮੁੰਡੇ ਕੁੜੀਆਂ ਗ੍ਰੈਜੂਏਟ ਸਕੂਲ 'ਚ ਘੱਟ ਤੋਂ ਘੱਟ ਮੈਸਟਰ ਜਾਂ PhD ਹੋਣੇ ਚਾਹੀਦੇ। ਜਿਹੜੀ ਕੌਮ ਪੜ੍ਹ ਲਿਖ ਜਾਂਦੀ ਹੈ ਉਹ ਕੌਮ ਤਰੱਕੀ ਕਰ ਜਾਂਦੀ ਹੈ, ਉਹਦੀ ਸੋਸ਼ਲ ਐਕਸੈਪਟੈਂਸ ਸੋਸਾਇਟੀ 'ਚ ਵਧੀਆ ਹੁੰਦੀ ਹੈ। ਤੁਹਾਡੇ ਨਾਲ ਕੋਈ ਗੱਲਬਾਤ ਕਰੂ, ਸੋਚ ਕੇ ਗੱਲਬਾਤ ਕਰੂ, ਤੁਹਾਨੂੰ ਕੋਈ ਅੰਡਰਮਾਈਨ ਨਹੀਂ ਕਰੂਗਾ, ਤੁਹਾਡੀ ਰਿਸਪੈਕਟ ਬੋਡੀ ਵੀ ਤੁਹਾਡੇ ਕਰਦੇ, ਪੜ੍ਹਿਆ ਲਿਖਿਆ ਬੰਦਾ ਹੈ, ਪੜ੍ਹਾਈ ਨਾ ਹੋ ਵੀ ਕੋਈ ਤੁਹਾਡੇ ਬਿਹੇਵੀਅਰ 'ਚ ਵੀ ਫਰਕ ਪੈ ਜਾਂਦਾ ਹੈ। ਅਤੇ ਇਸ ਕਰਕੇ ਬੜਾ ਜ਼ਰੂਰੀ ਹੈ ਵੀ ਸਾਡੇ ਜਿਹੜੀ ਫਿਊਚਰ ਜਨਰੇਸ਼ਨ ਆ, ਔਰ ਸਪੈਸ਼ਲੀ ਮੇਰੀ ਬੀਬੀਆਂ ਨੂੰ ਬੇਨਤੀ ਆ, ਕੁੜੀਆਂ ਸਾਡੀਆਂ ਮੁੰਡਿਆਂ ਨੂੰ ਜ਼ਿਆਦੀਆਂ ਪੜ੍ਹੀਆਂ ਚਾਹੀਦੀਆਂ, ਘੱਟ ਨਹੀਂ ਚਾਹੀਦੀਆਂ। ਇਸ ਕਰਕੇ ਬੜਾ ਜ਼ਰੂਰੀ ਸਾਡੀ ਕੋਈ ਕੁੜੀ, ਕਈ ਵਾਰੀ ਸਾਡੇ ਜੇ ਟਰਡੀਸ਼ਨ ਆ ਕਿ ਕੁੜੀ ਜੀ ਬਗਾਨਾ ਤਾਨੇ ਨੇ ਵਿਆਹ ਕਰਕੇ ਚਲੇ ਜਾਣਾ, ਦਾਜ ਦੇ ਦਿਓ, ਗੱਲ ਖਤਮ ਹੋਈ, ਉਹ ਗੱਲਾਂ ਹੁਣ ਰਹੀਆਂ ਨਹੀਂ ਪੁਰਾਣੀਆਂ। ਇਹ ਬੁੱਢੇ ਮਾਂ ਪਿਓ ਦੀ ਸੇਵਾ ਕਰਦੀ ਆ ਅਤੇ ਕੁੜੀ ਕੁੜੀ ਕਰਦੀ ਆ,
ਕਿਉਂਕਿ ਮਾਂ ਪਿਓ ਦੀ ਕੁੜੀ ਹੁੰਦੀ ਹੈ ਅਤੇ ਮੁੰਡੇ ਦਾ ਫਿਰ ਨੋਹ ਆ ਗਈ ਉਹ ਕਈ ਵਾਰੀ ਉਹਨੂੰ ਚੰਗਾ ਟਰੀਟ ਵੀ ਨਹੀਂ ਕਰਦੇ ਨੋਹਾਂ ਦਾ ਆਪਣਾ ਮਾਂ ਪਿਓ ਹੁੰਦਾ ਉਹਨੇ ਸੱਸ ਸਹੁਰੇ ਨੂੰ ਚੰਗੀਆਂ ਬੀਬੀਆਂ ਤਾਂ ਕਰ ਲੈਂਦੀਆਂ ਬੀਬੀ ਸਾਡਾ ਮਾਂ ਪਿਓ ਆ ਆਪਣੇ ਹਸਬੈਂਡ ਦਾ ਮਾਂ ਪਿਓ ਆਪਣਾ ਮਾਂ ਪਿਓ ਉਹ ਗੱਲ ਆ ਪਰ ਜਿਹੜੀਆਂ ਕੁੜੀਆਂ ਆ ਉਹ ਮਾਂ ਪਿਓ ਦੀ ਜ਼ਿਆਦਾ ਸੇਵਾ ਕਰਦੀਆਂ ਮੁੰਡਿਆਂ ਨੂੰ ਜਾਂ ਨੋਹਾਂ ਨਾਲੋਂ ਇਸ ਕਰਕੇ ਇਹ ਕੁੜੀਆਂ ਦੀ ਪੜ੍ਹਾਈ ਇਹਨਾਂ ਨੂੰ ਇਹਨਾਂ ਦੀ ਪੂਰੀ ਦੇਖਭਾਲ ਕਰਨੀ ਇਹ ਸਾਡਾ ਸਾਰਿਆਂ ਦਾ ਫਰਜ਼ ਆ ਪੰਜਾਬ 'ਚ ਹਾਲਾਤ ਬੜੇ ਮਾੜੇ ਆ ਸਾਇੰਸ ਤਰੱਕੀ ਕਰ ਗਈ ਹੈ ਬੱਚੇ ਦਾ ਹੁਣ ਉਹ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਕੁੜੀ ਹੋਣੀ ਕਿ ਮੁੰਡਾ ਹੋਣਾ ਹੁਣ ਉੱਥੇ ਸੈਕਸ ਬੇਸਡ ਅਬਾਰਸ਼ਨ ਹੈ ਕੁੜੀ ਹੋਏ ਤਾਂ ਉਹਦੀ ਅਬਾਰਸ਼ਨ ਕਰਾ ਦਿੰਦੇ ਇਹ ਗੱਲ ਬੜਾ ਵੱਡਾ ਪਾਪ ਆ ਗੁਰੂ ਰੂਪ ਸਾਹਿਬ ਸੰਗਤ ਐਦੋਂ ਵੱਡਾ ਸਿੱਖੀ 'ਚ ਪਾਪ ਕੋਈ ਨਹੀਂ ਪੰਜਾਬ 'ਚ ਹਾਲਤ ਮੈਂ ਇੱਕ ਦਿਨ ਪੜ੍ਹਦਾ ਸੀ ਕਿਸੇ ਅਖਬਾਰ ਦੀ ਰਿਪੋਰਟ ਹੀ ਸੀ ਮੇਰਾ ਕੱਖ ਨਹੀਂ 878 ਕੁੜੀਆਂ ਪਿੱਛੇ 1000 ਮੁੰਡਾ ਆ ਅਤੇ ਜਿਹੜੀ 122 ਮੁੰਡੇ ਰਹਿੰਦੇ ਆ ਅਕਸਰ ਵਿਆਹ ਤਾਂ ਉਹਨਾਂ ਕਰਾਉਣੇ ਰੋਟੀ ਪਾਣੀ ਵੀ ਨਹੀਂ ਖਾਣਾ ਤੁਹਾਡੀ ਸੋਸ਼ਲ ਲਾਈਫ ਵੀ ਚਾਹੀਦੀ ਤੁਹਾਨੂੰ ਵਾਈਫ ਚਾਹੀਦੀ ਆ ਉਹ ਫਿਰ ਜਾ ਕੇ ਕੋਈ 50,000 60,000 ਦੇ ਕੇ ਕੋਈ ਬਗਾਲਣ ਲਿਆਉਂਦਾ ਕੋਈ ਨੇਪਾਲਣ ਜਾ ਕੇ ਖਰੀਦ ਕੇ ਲਿਆਉਂਦਾ ਉਹ ਇਹਨਾਂ ਨੂੰ ਬੰਦਾ ਪੁੱਛੇ ਉਹ ਆਪਣੀਆਂ ਸੋਨੇ ਵਰਗੀਆਂ ਬੀਬੀਆਂ ਉਹਨਾਂ ਦੇ ਤੁਸੀਂ ਗਲ ਘੁੱਟੀ ਜਾਓ ਅਤੇ ਉਹ ਨੇਪਾਲਣਾਂ ਅਤੇ ਬੰਗਾਲਣਾਂ ਦੇ ਬੱਚੇਗਾ ਤੁਹਾਡੇ ਸਿੱਖ ਕਿਹੋ ਜਿਹੇ ਹੋਣਗੇ ਇਹ ਬਹੁਤ ਮਾੜਾ ਕੰਮ ਹੈ ਕੁਦਰਤ ਨੇ ਅਸੂਲ ਬਣਾਇਆ ਜਿੰਨੇ ਕੁ ਮੁੰਡੇ ਹੁੰਦੇ ਉਨੀਆਂ ਕੁੜੀਆਂ ਹੁੰਦੀਆਂ ਉਹ ਫਿਰ ਬਰਾਬਰ ਦਾ ਕਰਕੇ ਦੁਨੀਆਦਾਰੀ ਜਿਹੜੀ ਹਿਊਮਨ ਰੇਸ ਹੈ ਤੁਰੀ ਜਾਂਦੀ ਹੈ ਲੇਕਿਨ ਇਹ ਜਿਹੜੀ ਇਸ ਵੇਲੇ ਸਾਡੇ ਇੱਥੇ ਹੈ ਨਹੀਂ ਇਹ ਆਪਣੇ 'ਚ ਗੱਲ ਲੇਕਿਨ ਪੰਜਾਬ ਅਤੇ ਹਰਿਆਣੇ 'ਚ ਉਹ ਜਿਹੜੇ ਜਾਟ ਹਰਿਆਣੇ ਦੇ ਉਹ ਵੀ ਸਿੱਖਾਂ ਦੇ ਹੀ ਆ ਉਹ ਵੀ ਕੁੜੀ ਨੂੰ ਮਾਰ ਦਿੰਦੇ ਆ ਹਰਿਆਣੇ ਦੇ ਉਹਨਾਂ ਦੀਆਂ ਸਟੈਟਿਕਸ ਸਾਡੇ ਨੂੰ ਵੀ ਭੈੜੀਆਂ ਹੈ ਇਹ ਇਹ ਬੜਾ ਮਾੜਾ ਕੰਮ ਸਾਡੇ ਲਈ ਇਸ ਕਰਕੇ ਜਿਹੜੀ ਇਹ ਹੈਗੀ ਸਾਡੀ ਸੈਕਸ ਬੇਸਡ ਅਬਾਰਸ਼ਨ ਕੁੜੀਆਂ ਦਾ ਮਰਡਰ ਗੁਰੂ ਰੂਪ ਸਾਹਿਬ ਸੰਗਤ ਬਿਲਕੁਲ ਬੰਦ ਹੋਣਾ ਚਾਹੀਦਾ ਔਰ ਇਹ ਅਕਾਲ ਤਖਤ ਸਾਹਿਬ ਨੇ ਵੀ ਇਹ ਹੁਕਮਨਾਮਾ ਭੇਜਿਆ ਵੀ ਸਿੱਖ ਕਦੇ ਵੀ ਸੈਕਸ ਬੇਸਡ ਜਿਹੜੀ ਅਬਾਰਸ਼ਨ ਆ ਉਹ ਨਾ ਕਰੇ ਉਹਨਾਂ ਬੜਾ ਚੰਗੇ ਕੰਮ ਵਧੀਆ ਕੀਤਾ ਉਹਨਾਂ ਤਾਂ ਅਕਾਲ ਤਖਤ ਦਾ ਹੁਕਮ ਸਿਰ ਦੇ ਹਰ ਸਿੱਖ ਦੇ ਸਿਰ ਮੱਥੇ 'ਤੇ ਹੁੰਦਾ ਔਰ ਸਾਨੂੰ ਇਹ ਅਕਾਲ ਪੁਰਖ ਆਪਣਾ ਅਕਾਲ ਤਖਤ ਸਾਹਿਬ ਦਾ ਹੁਕਮ ਹੀ ਮੰਨਣਾ ਚਾਹੀਦਾ ਬਾਕੀ ਗੁਰੂ ਰੂਪ ਸਾਹਿਬ ਸੰਗਤ ਕਿਸੇ ਦੇ ਦਿੱਤਿਆਂ ਕੋਈ ਰਾਜਦਾ ਨਹੀਂ ਆ ਕੁੜੀਆਂ ਨੂੰ ਕਿਉਂ ਮਾਰਦੇ ਆ ਦਾਜ ਦੇਣਾ ਪੈਂਦਾ ਗੁਰੂ ਰੂਪ ਸਾਹਿਬ ਸੰਗਤ ਜੇ ਕੁੜੀਆਂ ਨੂੰ ਪੜ੍ਹਾ ਦਿਓਗੇ ਮੁੰਡੇ ਦੇ ਬਰਾਬਰ ਦੇ ਜਾਂ ਜ਼ਿਆਦਾ ਪੜ੍ਹੀ ਹੋਊਗੀ ਨਾ ਕਿਸੇ ਨਾ ਕੋਈ ਤੁਹਾਥੋਂ ਦਾਜ ਮੰਗੂਗਾ ਅਤੇ ਨਾ ਕਿਸੇ ਨੂੰ ਦੇਣ ਦੀ ਲੋੜ ਆ ਅਤੇ ਜੇ ਕੋਈ ਕਹਿ ਵੀ ਉਹਨੂੰ ਕਹਿ ਜਾ ਅਸੀਂ ਹੋਰ ਕੋਈ ਮੁੰਡਾ ਲੱਭ ਲਾਂਗੇ ਜਿੱਥੋਂ ਤੈਨੂੰ ਦਾਜ ਮਿਲਦਾ ਲੈ ਲਾ ਉਹ ਜਦੋਂ 2-4 ਵਾਰ ਹੋਇਆ ਕਿਸੇ ਤੁਹਾਥੋਂ ਦਾਜ ਨਹੀਂ ਮੰਗਣਾ ਇੱਥੇ ਤਾਂ ਕੋਈ ਮੰਗਦਾ ਹੋਵੇ ਵੀ ਤੁਸੀਂ ਕੀ ਦੇਣਾ ਹੈ ਉੱਥੇ ਵੀ ਮੰਗਣ ਵੜ ਜਾਣਗੇ ਇਹ ਐਜੂਕੇਸ਼ਨ ਜਿਹੜੀ ਆ ਜਿੰਨੀਆਂ ਸਾਡੀਆਂ ਪ੍ਰੋਬਲਮਸ ਆ ਕੁੜੀਆਂ ਬੀਬੀਆਂ ਦੀਆਂ ਜਾਂ ਸਿੱਖ ਕੌਮ ਦੀਆਂ ਕੰਸਰਨਿੰਗ ਆਪਣੀ ਸਾਡੀ ਸੋਸ਼ਲ ਲਾਈਫ ਇਹ ਐਜੂਕੇਸ਼ਨ ਦੀ ਕਮੀ ਕਰਕੇ ਆ ਇਸ ਕਰਕੇ ਜਿਹੜੀ ਐਜੂਕੇਸ਼ਨ ਆ ਇਹਦੇ ਨਾਲ ਇੱਕ ਬੱਚੇ ਦਾ ਭਲਾ ਅਤੇ ਕੌਮ ਦੀਆਂ ਬੁਰਾਈਆਂ ਸਾਰੀਆਂ ਜਿਹੜੀਆਂ ਹੈਗੀਆਂ ਆ ਆਪਣੀਆਂ ਦੂਸਰੀਆਂ ਸਾਨੂੰ ਪ੍ਰੋਬਲਮ ਉਹ ਦੂਰ ਹੁੰਦੀਆਂ ਅਤੇ ਬਾਕੀ ਜਿਹੜੀਆਂ ਸਾਡੀਆਂ ਹੋਰ ਪ੍ਰੋਬਲਮ ਇੰਡੀਅਨ ਗਵਰਨਮੈਂਟ ਵੱਲੋਂ ਸਾਡੇ 'ਤੇ ਜ਼ੁਲਮ ਗਈ ਇਹਨਾਂ ਸਾਰੀਆਂ ਦਾ ਇਲਾਜ ਸਿਰਫ ਇੱਕ ਆਪਣਾ ਆਜ਼ਾਦ ਖਾਲਿਸਤਾਨ ਹੀ ਆ ਹੋਰ ਕੋਈ ਇਹਦਾ ਇਲਾਜ ਨਹੀਂ ਆਪਣੇ ਕੋਲ ਆਜ਼ਾਦ ਖਾਲਿਸਤਾਨ ਹੋਏ ਉਹ ਕੀ ਇਹੋ ਜਿਹੇ ਹੀਰੇ ਸਾਡੇ ਸਾਹਿਬ ਬਲਵੰਤ ਸਿੰਘ ਰਾਜੋ ਹਣਾ ਜਾਂ ਦੂਸਰੇ ਆਪਣੇ ਉਹ ਮੁੰਡੇ ਜੀ ਨੇ ਉਹਦੇ ਇੱਕ ਬਾਹਮਣ ਉਹਨਾਂ ਨੂੰ ਪਿਆ ਸੀ ਕੀ ਨਾ ਮੁਹਾਵਾਰੇ ਅਰਗੇ ਇਹੋ ਜਿਹੇ ਹੀਰੇ ਇਹਨਾਂ ਨੂੰ ਫਾਂਸੀ 'ਤੇ ਚੜਾਉਣਗੇ ਇਹਨਾਂ ਨੂੰ ਉਮਰ ਕੈਦਾਂ ਕਰਨਗੇ ਅਜੇ ਤੱਕ ਜਿੰਨੇ ਦਿੱਲੀ 'ਚ ਉਹਨਾਂ ਕਿੰਨੇ ਮਾਰੇ ਆ ਟਾਈਟਲ ਅਤੇ ਜਿੱਦੇ ਆ ਦੂਸਰੇ ਜਿਹੜੇ ਸੀਗੇ ਬਾਹਮਣ ਉਹਨਾਂ ਨੂੰ ਇਹਨਾਂ ਮੈਂਬਰ ਪਾਰਲੀਮੈਂਟ ਬਣਾ ਦਿੱਤਾ ਕਿਸੇ ਨੂੰ ਇੱਕ ਨੂੰ ਸਜ਼ਾ ਨਹੀਂ ਦਿੱਤੀ ਹਿੰਦੁਸਤਾਨ ਦਾ ਲਾ ਤਾਂ ਇੱਕੋ ਹੀ ਆ ਸਾਰੇ ਮੁਲਕ ਦੀ ਲੇਕਿਨ ਉਹਦੀ ਜਿਹੜੀ ਐਪਲੀਕੇਸ਼ਨ ਆ ਮਨਾਰਟੀਜ਼ ਅਤੇ ਸਿੱਖਾਂ ਦੇ ਔਰ ਬਾਕੀ ਮਨਾਰਟੀ ਮੁਸਲਮਾਨਾਂ 'ਤੇ ਵੀ ਕ੍ਰਿਸ਼ਨਾਂ 'ਤੇ ਵੀ ਉਹਦੀ ਐਪਲੀਕੇਸ਼ਨ ਡਿਫਰੈਂਟ ਆ ਔਰ ਹਿੰਦੂ 'ਤੇ ਉਹਦੀ ਐਪਲੀਕੇਸ਼ਨ ਡਿਫਰੈਂਟ ਹੈ ਔਰ ਉੱਥੇ ਇਸ ਵੇਲੇ ਰਾਜ ਦੀ ਦੇ ਨਸ਼ੇ 'ਚ ਇਹ ਜਿਹੜੀ RSS ਆ ਇਹ ਬਿਲਕੁਲ ਭੂਤਰੀ ਪਈ ਹੈ ਔਰ ਇਹਨਾਂ ਦਾ ਇਹਨਾਂ ਸਾਡੇ 'ਚ ਇਨਫਿਲਟਰੇਸ਼ਨ ਕੀਤੀ ਹੈ ਇਹ ਜਿਹੜੇ ਕੇਸ ਵੀ ਰੱਖੇ ਇਹਨਾਂ ਨੇ
ਉਹ ਜਿਹੜੀ ਇਹਨਾਂ ਦੀ ਰਾਸ਼ਟਰੀ ਆ ਸਿੱਖ ਸੰਗਤ ਆ ਉਹ ਵੇਖਣ ਨੂੰ ਪੂਰੇ ਸਿੱਖ ਪੂਰੇ ਖੁੱਲ੍ਹੇ ਦਾੜੇ ਵਾਲੇ ਕੇਸਾਧਾਰੀ ਸਿੱਖ ਨੇ ਅਤੇ ਇੱਕ ਮੇਰੇ ਕੋਲ ਮਰ ਗਿਆ ਮੇਰਾ ਸੁੰਦਰ ਸਿੰਘ ਸੀ ਉਹਦਾ ਨਾਂ ਵਾਸ਼ਿੰਗਟਨ ਮੇਰੇ ਦਫ਼ਤਰ 'ਚ ਆ ਗਏ ਬੜੇ ਸਾਲਾਂ ਦੀ ਗੱਲ ਆ ਮੇਰਾ ਖਿਆਲ ਕਿਤੇ 90 ਦੀ ਹੋਊਗੀ ਸਿੰਘ ਸੀ ਮੈਂ ਕਹੇ ਸਿੱਖ ਮਿਲਣ ਆਇਆ ਡਾਕਟਰ ਸਾਹਿਬ ਕੀ ਹਾਲ ਮਾ ਠੀਕ ਹੈ ਡਾਕਟਰ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਮੈਂ ਦੱਸੋ ਜੀ ਹੁਕਮ ਕਰੋ ਦੇਖੋ ਆਪਾਂ ਸਾਰੇ ਹਿੰਦੁਸਤਾਨ ਨੂੰ ਖਾਲਿਸਤਾਨ ਬਣਾਉਣਾ ਹੋਏ ਪੰਜਾਬ ਦਾ ਤੁਸੀਂ ਗੱਲ ਛੱਡੋ ਮੈਂ ਕਿਹਾ ਸਿੰਘਾ ਮੈਨੂੰ ਨਹੀਂ ਪਤਾ ਵੀ ਆਰ ਐੱਸ ਐੱਸ ਮੈਂ ਕਿਹਾ ਸਿੰਘਾ ਪਹਿਲਾਂ ਜਿੱਥੇ ਸਾਨੂੰ ਪੁੱਟ ਪੈ ਰਹੀ ਆ ਪੰਜਾਬ ਨੂੰ ਤਾਂ ਬਣਾ ਲਓ ਮੁੜ ਕੇ ਫਿਰ ਵਧਾ ਲਾਂਗੇ ਜਿੱਦਾਂ ਸਾਡਾ ਜੀ ਕਰੂਗਾ ਜਿੰਨੀ ਸਾਡੇ ਕੋਲ ਤਾਕਤ ਉਹ ਵਧਾ ਲਾਂਗੇ ਇਹਨਾਂ ਸਾਰਿਆਂ ਦਾ ਸਿੱਖ ਭੇਸ ਭੇਸ 'ਚ ਆ ਕੇ ਇਹ ਸਾਡੀਆਂ ਜੜ੍ਹਾਂ 'ਚ ਤੇਲ ਦਿੰਦੇ ਆ ਇਸ ਕਰਕੇ ਇਹ ਆਰ ਐੱਸ ਐੱਸ ਤੋਂ ਔਰ ਇਹ ਜਿਹੜੇ ਸਾਧ ਸੰਤ ਆ ਇਹਨਾਂ ਤੋਂ ਬਚਾਅ ਰੱਖਿਆ ਕਰੋ ਜੋ ਮੰਗਣਾ ਗੁਰੂ ਤੋਂ ਮੰਗੋ ਔਰ ਸਵਾਏ ਗੁਰੂ ਗ੍ਰੰਥ ਮਹਾਰਾਜ ਤੋਂ ਸਾਡਾ ਜੁਗੋ ਜੁਗ ਟਾਲਿਆ ਇਹਦੇ ਤੋਂ ਪਹਿਲਾਂ ਕਿਸੇ ਸਾਧ ਸੰਤ ਨੂੰ ਮੱਥਾ ਨਾ ਟੇਕਿਆ ਕਰੋ ਔਰ ਮੇਰੀ ਖਾਸ ਕਰਕੇ ਬੀਬੀਆਂ ਨੂੰ ਬੇਨਤੀ ਹੈ ਇਹ ਬੀਬੀਆਂ ਸਾਧਾਂ ਪਿੱਛੇ ਛੇਤੀ ਲੱਗ ਜਾਂਦੀਆਂ ਬੰਦਿਆਂ ਨੂੰ ਬੀਬੀਓ ਗੁਰੂ ਗ੍ਰੰਥ ਸਾਹਿਬ ਤੋਂ ਜੋ ਮੰਗਣਾ ਮੰਗ ਲਿਆ ਕਰੋ ਤੁਹਾਨੂੰ 10 ਗੁਣਾ ਗੁਰੂ ਦਊਗਾ ਕਿਸੇ ਸਾਧ ਸੰਤ ਨੇ ਤੁਹਾਨੂੰ ਕੁਛ ਨਹੀਂ ਦੇਣਾ ਉਹਨਾਂ ਕੋਲ ਵੀ ਕੁਛ ਨਹੀਂ ਗਾ ਇਸ ਕਰਕੇ ਇਹਨਾਂ ਸਾਧਾ ਸੰਤਾਂ ਤੋਂ ਵੀ ਆਪਣਾ ਛੁਟਕਾਰਾ ਪਾਉਣਾ ਆਪਾਂ ਸਾਰਿਆਂ ਨੇ ਟਾਈਮ ਮੈਂ ਤੁਹਾਡਾ ਬਹੁਤ ਜ਼ਿਆਦਾ ਨਹੀਂ ਲੈਣਾ ਸੈਕਟਰੀ ਸਾਹਿਬ ਕਹਿੰਦੇ 5-7 ਮਿੰਟ ਹੀ ਲਿਓ ਮੇਰੇ ਕਹਿਣ 'ਤੇ 10-12 ਦੇ ਤੇ ਨਾ ਅਤੇ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਤੁਹਾਡਾ ਮੈਸੇਜ ਇੱਕੋ ਹੀ ਆ ਤੁਹਾਨੂੰ ਵੀ ਰਾਜ ਬਿਨਾਂ ਆਪਣਾ ਗੁਜ਼ਾਰਾ ਨਹੀਂ ਸਾਨੂੰ ਖਾਲਿਸਤਾਨ ਚਾਹੀਦਾ ਆ ਔਰ ਬਾਹਰ ਦੇ ਸਿੱਖ ਦੀ ਬੜੀ ਕੰਟਰੀਬਿਊਸ਼ਨ ਆ ਆਪਾਂ ਖਾਲਿਸਤਾਨ ਦੀ ਜਿਹੜੀ ਸਟਰਗਲ ਆ ਉਹਨੂੰ ਅਲਾਈਵ ਰੱਖਿਆ ਹਿੰਦੁਸਤਾਨ ਟੁੱਟਣ 'ਤੇ ਆਇਆ ਸਾਡੇ ਕਰਕੇ ਨਹੀਂ ਟਾਮਲਾਂ ਦੀ ਸਟਰਗਲ ਆ ਨਾਗਿਆਂ ਦੀ ਸਟਰਗਲ ਆ ਅਸਾਮੀਆਂ ਦੇ ਸਾਨੂੰ ਆਪਣਾ ਅਸਾਮ ਚਾਹੀਦਾ ਆ ਤਾਮਿਲਨਾਡੂ ਵਾਲੇ ਆਪਣਾ ਅੱਡ ਕਰੀ ਜਾਂਦੇ ਆ ਇਹਨੇ ਬ੍ਰੇਕਅਪ ਹੋਣਾ ਇੱਕ CIA ਦੀ ਰਿਪੋਰਟ ਸੀ 2 ਸਾਲ ਪਹਿਲਾਂ ਵੀ 2015 ਤੱਕ ਜਿਹੜਾ ਇੰਡੀਆ ਆ ਇਹਨੇ ਪ੍ਰੈਜੈਂਟ ਫਾਰਮ 'ਚ ਨਹੀਂ ਰਹਿਣਾ ਇਹ CIA ਦੀ ਰਿਪੋਰਟ ਮੇਰੀ ਨਹੀਂ ਗੀ ਅਤੇ 15 'ਚ ਕਿੰਨੇ ਕੁ ਰਹਿ ਗਏ ਸਾਲ 12 ਤਾਂ ਹੋ ਗਿਆ 3 15 'ਚ ਨਾ ਹੋ 17 'ਚ ਹੋਜੂ ਇਹ ਹਿੰਦੁਸਤਾਨ ਬ੍ਰੇਕਅਪ ਹੋਣਾ ਹੀ ਹੋਣਾ ਅਤੇ ਜੇ ਬਾਹਰ ਦੇ ਸਿੱਖ ਨੇ ਸਟਰਗਲ ਆਪਣੀ ਕਾਇਮ ਰੱਖੀ ਪੰਜਾਬ ਦਾ ਸਿੱਖ ਜਿਹੜਾ ਉੱਥੇ RSS ਛਾਈ ਪਈ ਆ ਇੰਡੀਅਨ ਇੰਟੈਲੀਜੈਂਸ ਛਾਈ ਪਈ ਆ ਆ ਤੁਹਾਨੂੰ ਮੈਂ ਅੱਗੇ ਦੱਸਿਆ ਵੀ ਬਾਦਲ ਇਹ ਕਿਸੇ ਇੰਟੈਲੀਜੈਂਸ ਦਾ ਏਜੰਟ ਪੁਰਾਣਾ ਕੋਈ ਨਵਾਂ ਨਹੀਂ ਗਾ ਇਹ ਪੁਰਾਣਾ ਹੀ ਉਹਨਾਂ ਦਾ ਏਜੰਟ ਹੈ ਇਹਨੂੰ ਚੀਫ ਮਿਨਿਸਟਰ ਬਣਾ ਕੇ ਉਹ ਸੇਫ ਨੇ ਅਕਾਲ ਤਖ਼ਤ ਸਾਹਿਬ ਸਾਡਾ ਇੰਡੀਅਨ ਗੌਰਮੈਂਟ ਦੇ ਕੰਟਰੋਲ 'ਚ ਆ ਸਾਡੀ SGPC ਇੰਡੀਅਨ ਗੌਰਮੈਂਟ ਦੇ ਕੰਟਰੋਲ ਕਿਉਂਕਿ ਬਾਦਲ ਕੰਟਰੋਲ ਕਰਦਾ ਸਾਡਾ ਦਰਬਾਰ ਸਾਹਿਬ ਦਰਬਾਰ ਸਾਹਿਬ ਦਾ ਈਵਨ ਹੈੱਡ ਗ੍ਰੰਥੀ ਵੀ ਇੰਡੀਅਨ ਗੌਰਮੈਂਟ ਦੇ ਕੰਟਰੋਲ ਆ ਪਰ ਸਾਡੇ ਕੰਮ ਕੰਮ ਕਈਆਂ ਸਿੱਖਾਂ 'ਚ ਸਪਿਰਿਟ ਹੈਗੀ ਹੈ ਉੱਥੇ ਅਡਵਾਨੀ ਗਿਆ ਸੀ ਦਰਬਾਰ ਸਾਹਿਬ ਮੱਥਾ ਟੇਕਣ ਉਸ ਉਹਨਾਂ ਦੀ ਟਰਡੀਸ਼ਨ ਹੈ ਵੀ ਸਰੋਪਾ ਦੇ ਦਿਓ ਉੱਥੇ ਕੋਈ ਚੰਗੀ ਸਪਿਰਿਟ ਵਾਲਾ ਕੋਈ ਗੁਰੂ ਦਾ ਸਿੰਘ ਗੁਰੂ ਦੀ ਤਾਬਿਆ ਬੈਠਾ ਸੀ ਅਤੇ ਉਹਨੂੰ ਤਾਬਿਆ ਮੈਂ ਅੱਗੇ ਬੈਠੇ ਹੁੰਦੇ ਆ ਜਦੋਂ ਸਰੋਪਾ ਦਿੰਦੇ ਆ ਉਹ ਤਾਬਿਆ ਵਾਲਾ ਤਾਂ ਨਹੀਂ ਦਿੰਦਾ ਉਹਨੇ ਕਿਹਾ ਵੀ ਇਹਦਾ ਸਿਰ ਮੁੰਨਿਆ ਮੈਂ ਨਹੀਂ ਇਹਨੂੰ ਸਰੋਪਾ ਦੇਣਾ ਉਹਨੇ ਰਿਫਿਊਜ਼ ਕਰਤਾ ਵੀ ਨਹੀਂ ਇਹ ਸਿੰਘ ਨਹੀਂ ਗਾ ਉਹਨੂੰ ਮੁੜ ਕੇ ਇੰਨਾ ਫਾਇਰ ਤਾਂ ਕਰ ਹੀ ਦਿੱਤਾ ਹੋਣਾ ਅਡਵਾਨੀ ਨੂੰ ਸਰੋਪਾ SGPC ਦੇ ਦਫ਼ਤਰ ਜਾ ਕੇ ਦਿੱਤਾ ਦਰਬਾਰ ਸਾਹਿਬ ਨਹੀਂ ਦਿੱਤਾ ਉਹ ਸਿੰਘ ਨੇ ਔਰ ਉਹੋ ਜਿਹੇ ਸਿੰਘਾਂ ਸਿੱਖ ਸਪਿਰਿਟ ਹੈਗੀ ਹੈ ਔਰ ਇਹਨਾਂ ਭਾਵੇਂ ਉਹਨੂੰ ਸਜ਼ਾ ਦਿੱਤੀ ਹੋਏ ਲੇਕਿਨ ਸਿੱਖ ਕੌਮ ਉਹੋ ਜਿਹੇ ਸਿੰਘਾਂ ਦਾ ਕਦਰ ਕਰਦੀ ਹੈ ਉਹ ਇਹੋ ਜਿਹੇ ਸਿੰਘਾਂ ਦਾ ਸਤਿਕਾਰ ਕਰਦੀ ਇਹਨਾਂ ਨੂੰ ਸਿਰ 'ਤੇ ਚੁੱਕਦੀ ਹੈ ਔਰ ਸਾਨੂੰ ਇਹੋ ਜਿਹੇ ਸਿੰਘਾਂ ਦੀ ਲੋੜ ਆ ਜਿਹੜੇ ਸਿੱਖੀ ਸਪਿਰਿਟ ਦੀ ਗੱਲ ਕਰਨ ਜਿਹੜੇ ਸਿੱਖੀ ਸਿਧਾਂਤ ਆ ਉਹਨਾਂ 'ਤੇ ਆਪਣਾ ਅਮਲ ਵੀ ਕਰਨ ਇਹਨਾਂ ਲਫ਼ਜ਼ਾਂ ਦੇ ਨਾਲ ਗੁਰੂ ਰੂਪ ਸਾਹਿਬ ਸੰਗਤ ਮੈਂ ਅੱਗੇ ਵੀ ਤੁਹਾਨੂੰ ਅਪੀਲ ਕਰ ਬੈਠਾ ਵੀ ਜਿਹੜਾ ਸਾਡਾ ਦਰਬਾਰ ਆਪਣਾ Washington DC ਆ ਆਪਣੀ ਕੋਈ ਗੌਰਮੈਂਟ ਨਹੀਂ ਗੀ ਹਿੰਦੁਸਤਾਨ ਸਾਨੂੰ ਟੈਰੋਰਿਸਟ ਕਹਿੰਦੀ ਹੈ ਸਾਨੂੰ ਜੋ ਵੀ ਮਾੜਾ ਲਫ਼ਜ਼ ਸਾਡੇ ਖਿਲਾਫ਼ ਯੂਜ਼ ਕਰਦੀ ਹੈ ਉੱਥੇ ਸਾਡੀ ਕੋਈ ਸੇ ਨਹੀਂ ਅਤੇ ਉੱਥੇ ਆਪਣੀ ਲਾਬੀ ਹੋਣੀ ਬਹੁਤ ਜ਼ਰੂਰੀ ਹੈ ਆਪਣਾ ਦਫ਼ਤਰ ਸੀ ਬੜਾ ਕੁਛ ਉੱਥੇ 1500 ਸਟੇਟਮੈਂਟ US ਕਾਂਗਰਸ 'ਚ ਆ ਇੰਡੀਅਨ ਗੌਰਮੈਂਟ ਦੇ ਖਿਲਾਫ਼ ਇਹ ਸਾਡੀ ਹਿਸਟਰੀ ਚੇਂਜ ਕਰੀ ਜਾਂਦੇ ਇੰਡੀਆ 'ਚ ਲੇਕਿਨ ਜੋ 84 ਤੋਂ ਲੈ ਕੇ ਹੁਣ ਤੱਕ ਹੋਇਆ ਉਹ US ਕੰਗਰੈਸ਼ਨ ਰੈਕਡ 'ਚ ਡਾਕੂਮੈਂਟਡ ਵੀ ਸਿੱਖਾਂ 'ਤੇ ਆ ਜ਼ੁਲਮ ਹਿੰਦੁਸਤਾਨ ਦੀ ਸਰਕਾਰ ਨੇ ਕੀਤਾ ਅੱਜ ਕੱਲ੍ਹ ਕੰਪਿਊਟਰ ਦਾ ਯੁੱਗ ਆ
ਤੁਸੀਂ US ਕਾਂਗਰਸ ਦੀ ਵੈਬਸਾਈਟ ਤੇ ਜਾ ਕੇ ਜਿਹੜੇ ਤੁਸੀਂ ਕੰਪਿਊਟਰ ਵਾਲੇ ਜਾ ਸਕਦੇ ਜੀ ਉਹਦੀ ਵੈਬਸਾਈਟ ਤੇ ਜਾ ਕੇ 4-5 ਲਫ਼ਜ਼ ਉਹਦੇ 'ਚ ਪੰਚ ਕਰ ਦਿਓ ਸਿੱਖਸ ਹਿਊਮਨ ਰਾਈਟਸ ਪੰਜਾਬ ਇੰਡੀਆ ਤੁਹਾਨੂੰ 1500 ਸਟੇਟਮੈਂਟ ਪ੍ਰਿੰਟ ਹੋ ਕੇ ਆ ਜੂਗੀ 7 ਵਾਰੀ ਇੰਡੀਆ ਦੀ ਏਡ ਬੰਦ ਕੀਤੀ ਆ US ਕਾਂਗਰਸ ਨੇ ਕਿਉਂਕਿ ਸਾਡੇ ਤਾਂ ਇਹਨਾਂ ਜ਼ੁਲਮ ਆ ਚਲੋ ਜੀ ਮੈਨੂੰ ਹੁਕਮ ਵੀ ਹੋ ਗਿਆ ਉਹ ਇਸੇ ਕਰਕੇ ਇਹਨਾਂ ਦੀ ਏਡ ਬੰਦ ਹੋਈ ਆ ਵੀ ਇਹਨਾਂ ਦੇ ਜ਼ੁਲਮ ਨੂੰ ਐਕਸਪੋਜ਼ ਕੀਤਾ ਸੀ ਗੁਰੂ ਰੂਪ ਸਾਹਿਬ ਸੰਗਤ ਆਓ ਆਪਾਂ ਇਕੱਠੇ ਹੋ ਕੇ ਹਿੰਮਤ ਰੱਖੀਏ ਔਰ ਜੇ ਆਪਾਂ ਇਸ ਮੁਲਕ 'ਚ ਰਿਸਪੈਕਟਫੁਲੀ ਆਪਾਂ ਰਹਿਣਾ ਹੀ ਆ ਆਪਾਂ ਅਮਰੀਕਾ ਦੇ ਸਿਟੀਜ਼ਨ ਆ ਮਨੋਰਟੀ ਰਿਲੀਜਨ ਆ ਇੱਥੇ ਸਾਨੂੰ ਇਹਨਾਂ ਕੋਈ ਮੁਸਲਮਾਨ ਸਮਝਦਾ ਕੋਈ ਟੈਰੋਰਿਸਟ ਕਹਿੰਦੇ ਮੁਸਲਮਾਨਾਂ ਦੇ ਖਿਲਾਫ਼ ਬੜਾ ਕੁਛ ਆ ਅਤੇ ਸਾਨੂੰ ਇਹ ਮੁਸਲਮਾਨ ਹੀ ਸਮਝਦੇ ਆ ਇਸ ਕਰਕੇ ਸਾਨੂੰ ਆਪਣੀ ਆਈਡੈਂਟੀ ਸੈਪਰੇਟ ਸਿੱਖ ਦੀ ਬੜੀ ਜ਼ਰੂਰੀ ਆ ਔਰ ਉਹਦੇ ਲਈ ਲਾਬੀ ਬੜੀ ਜ਼ਰੂਰੀ ਆ ਇਹ ਮੈਂ ਤੁਹਾਨੂੰ ਬਿਲਕੁਲ ਨਿਮਰਤਾ ਸਹਿਤ ਬੇਨਤੀ ਆ ਵੀ ਤੁਹਾਡੀ ਉੱਥੇ ਲਾਬੀ ਬੜੀ ਸਟਰੋਂਗ ਹੋਣੀ ਚਾਹੀਦੀ ਆ ਔਰ ਇਹ ਤੁਹਾਡਾ ਜਿਹੜੀ ਲਾਬੀ ਮਾਇਆ ਬਿਨਾਂ ਕੋਈ ਕੰਮ ਨਹੀਂ ਚੱਲਦਾ ਉਹਦੇ ਲਈ ਤੁਹਾਡੀ ਰੈਗੂਲਰ ਸਪੋਰਟ ਇਹ ਦਫ਼ਤਰ ਦੁਬਾਰਾ ਖੁੱਲ੍ਹਣਾ ਚਾਹੀਦਾ ਆ ਮੈਂ ਤਾਂ ਜਿੰਨਾ ਕੁ ਹੈਗਾ ਮੈਂ ਕਰੀ ਜਾਣਾ ਮੈਂ ਰਹਿਣਾ ਉੱਥੇ ਆ ਉਨਾ ਮੈਂ ਕਰੀ ਜਾਣਾ ਜਿੰਨੇ ਮੇਰੇ ਰਿਸੋਰਸ ਆ ਲੇਕਿਨ ਮੇਰੇ ਰਿਸੋਰਸ ਹੁਣ ਮੈਂ ਸੋਸ਼ਲ ਸਿਕਿਉਰਿਟੀ ਦੇਣਾ ਹੋਇਆ ਉਹ ਮੈਨੂੰ ਮਿਲਦੀ ਆ ਤੁਹਾਨੂੰ ਪਤਾ ਸੋਸ਼ਲ ਸਿਕਿਉਰਿਟੀ ਕਿੰਨੀ ਕੁ ਦਿੰਦੇ ਸ਼ੁਕਰੀਆ ਉਹ ਨਹੀਂ ਮੈਨੂੰ ਮਿਲੀ ਜਾਂਦੀ ਮੇਰਾ ਗੁਜ਼ਾਰਾ ਹੋਈ ਜਾਂਦਾ ਲੇਕਿਨ ਇਹ ਜਿਹੜੀ ਫਾਈਨੈਂਸ਼ੀਅਲ ਜ਼ਿੰਮੇਵਾਰੀ ਇਹ ਕੌਮ ਦਾ ਕੰਮ ਆ ਔਰ ਕੌਮ ਨੂੰ ਇਹ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ ਇਹਨਾਂ ਲਫ਼ਜ਼ਾਂ ਨਾਲ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਔਰ ਬੀਬੀਓ ਤੁਹਾਨੂੰ ਵੀ ਜਿਹੜੀ ਬੇਨਤੀ ਕੀਤੀ ਹੈ ਅਤੇ ਅਮਲ ਕਰਿਓ ਅਤੇ 5 ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਾ ਕੇ ਤੁਹਾਡਾ ਮੈਂ ਖਿਮਾ ਮੰਗੂੰਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਕੱਲ੍ਹ ਪਰੇਡ ਬਹੁਤ ਕਾਮਯਾਬ ਸੀ ਗੋਰਿਆਂ ਨੂੰ ਪਤਾ ਲੱਗਾ ਵੀ ਸਿੱਖ ਹੈਗੇ ਆ ਔਰ ਇਹ ਪਰੇਡਾਂ ਕੱਢਦੇ ਰਹਿਣਾ ਚਾਹੀਦਾ ਔਰ ਸਾਡੀ ਜਿਹੜੀ ਹੈਗੀ ਆ ਇਨਫੋਰਮੇਸ਼ਨ ਸਿੱਖ ਧਰਮ ਬਾਰੇ ਤਾਂ ਕਿ ਉਹ ਡਿਸੈਮੀਨੇਟ ਹੁੰਦੀ ਰਹੇ ਤੁਹਾਡਾ ਦੁਬਾਰਾ ਫਿਰ ਬਹੁਤ ਬਹੁਤ ਧੰਨਵਾਦ ਖਾਲਿਸਤਾਨ ਖਾਲਿਸਤਾਨ ਬੀਬੀਓ ਤੁਹਾਡੇ ਵੱਲੋਂ ਆਵਾਜ਼ ਨਹੀਂ ਆ ਰਹੀ ਤੁਸੀਂ ਮਾਤਾ ਭਾਗੋ ਦੀਆਂ ਵਾਰਸਾਂ ਜੇ ਖਾਲਿਸਤਾਨ 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 ਵਾਹਿਗੁਰੂ।